ਪੰਜਾਬ ਕੇਸਰੀ ਜਗਬਾਣੀ ਟੀਵੀ ਤੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਨਵੀਨ ਸੇਠੀ। ਤਾਂ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇੱਕ ਅਹਿਮ ਮੀਟਿੰਗ ਕਰਨ ਜਾ ਰਹੇ ਹਨ। ਇਹ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਹੋਣ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਉਂਕਿ ਇਹ ਮੀਟਿੰਗ ਜਿਹੜੀ ਹੈ ਪੰਜਾਬ ਭਵਨ ਦੇ ਵਿੱਚ ਹੋਣ ਜਾ ਰਹੀ ਹੈ ਅਤੇ ਮੁੱਖ ਮੰਤਰੀ ਜਿਹੜੇ ਹਨ ਉਹ ਪੰਜਾਬ ਭਵਨ ਦੇ ਵਿੱਚ ਇੱਥੇ ਪੁੱਜ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਪੂਰੇ ਪੰਜਾਬ ਭਰ ਦੇ ਇੱਥੇ ਪੁੱਜੇ ਹਨ। ਮੀਟਿੰਗ ਦੀ ਗੱਲ ਕਰੀਏ, ਮੁੱਦਿਆਂ ਦੀ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਜੋ ਵੀ ਕੰਮ ਹਨ, ਸਰਕਾਰ ਦੇ ਜੋ ਵੀ ਡਿਵੈਲਪਮੈਂਟ ਦੇ ਕੰਮ ਹਨ, ਉਹਨਾਂ ਦੀ ਸਥਿਤੀ ਕੀ ਹੈ, ਸਰਕਾਰ ਦੀਆਂ ਜਿਹੜੀਆਂ ਯੋਜਨਾਵਾਂ ਹਨ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਤੱਕ ਪੁੱਜ ਰਹੀਆਂ ਹਨ, ਕੀ ਸਥਿਤੀ ਹੈ, ਕਿਹੜੀ ਕਿਹੜੀ ਥਾਂ 'ਤੇ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ, ਕਿਹੜੀ ਥਾਂ 'ਤੇ ਠੀਕ ਤਰੀਕੇ ਦੇ ਨਾਲ ਸਰਕਾਰ ਦੀਆਂ ਸਕੀਮਾਂ ਪਹੁੰਚ ਰਹੀਆਂ ਹਨ, ਇਹ ਤਮਾਮ ਰਿਵਿਊ ਜਿਹੜਾ ਹੈ ਮੁੱਖ ਮੰਤਰੀ ਕਰਨਗੇ ਅਤੇ ਜਿੱਥੇ ਕਿਤੇ ਵੀ ਦਿੱਕਤ ਹੈ ਉਹ ਵੀ ਫੀਡਬੈਕ ਲਿੱਤੀ ਜਾਏਗੀ ਕਿ ਉਸ ਨੂੰ ਕਿਸ ਤਰੀਕੇ ਨਾਲ ਰਿਜ਼ੋਲਵ ਕੀਤਾ ਜਾਵੇ। ਜਾਣਕਾਰੀ ਇਹ ਵੀ ਦੇ ਦਈਏ ਕਿ ਇਸ ਤੋਂ ਕੁਛ ਹਫ਼ਤੇ ਪਹਿਲਾਂ ਵੀ ਮੀਟਿੰਗ ਜਿਹੜੀ ਸੀ ਉਹ ਕੀਤੀ ਗਈ ਸੀ ਮੁੱਖ ਮੰਤਰੀ ਵੱਲੋਂ ਡਿਪਟੀ ਕਮਿਸ਼ਨਰਸ ਦੇ ਨਾਲ ਵੀ ਅਤੇ SSP ਦੇ ਨਾਲ ਵੀ। ਨਾ ਕੇਵਲ ਕਾਨੂੰਨ ਵਿਵਸਥਾ ਦੀ ਗੱਲ ਕੀਤੀ ਗਈ ਸੀ SSPs ਦੇ ਨਾਲ, ਅਤੇ ਡਿਪਟੀ ਕਮਿਸ਼ਨਰਸ ਦੇ ਨਾਲ ਗੱਲ ਕਰੀਏ ਤਾਂ ਰਿਵਿਊ ਕੀਤਾ ਗਿਆ ਸੀ ਕਿ ਸਰਕਾਰ ਦੀਆਂ ਜਿਹੜੀਆਂ ਵੀ ਪੋਲਸੀਆਂ ਹਨ, ਜਿਹੜੀਆਂ ਵੀ ਨੀਤੀਆਂ ਹਨ ਉਹ ਠੀਕ ਤਰੀਕੇ ਨਾਲ ਲੋਕਾਂ ਤੱਕ ਪਹੁੰਚਦੀਆਂ ਕਰਨ। ਤਾਂ ਅੱਜ ਵੀ ਇਹ ਮੀਟਿੰਗ ਰੱਖੀ ਗਈ ਹੈ ਕਿ ਰਿਵਿਊ ਕੀਤਾ ਜਾਵੇ ਸਰਕਾਰ ਦੀਆਂ ਸਕੀਮਾਂ ਦਾ, ਰਿਵਿਊ ਕੀਤਾ ਜਾਵੇ ਅਤੇ ਜਿੱਥੇ ਕਿਤੇ ਵੀ ਦਿੱਕਤ ਆਉਂਦੀ ਹੈ ਉਸਦਾ ਕਿਸ ਤਰੀਕੇ ਦੇ ਨਾਲ ਹੱਲ ਕੱਢਿਆ ਜਾਣਾ ਹੈ। ਫਿਲਹਾਲ ਇਹ ਤਮਾਮ ਚਰਚਾ ਜਿਹੜੀ ਹੈ ਮੁੱਖ ਮੰਤਰੀ ਪੰਜਾਬ ਮੀਟਿੰਗ ਦੇ ਵਿੱਚ ਕਰਦੇ ਹੋਏ ਨਜ਼ਰ ਆਉਣਗੇ। ਕੈਮਰਾਮੈਨ ਰਜਤ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ।